ਸਤਿ ਸ਼੍ਰੀ ਅਕਾਲ ਸਪੀਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਫਟਾਫਟ ਅੰਦਾਜ਼ ਦੇ ਵਿੱਚ ਅਮਰੀਕਾ ਦੇ ਸ਼ਹਿਰ ਕੰਸਾਸ 'ਚ ਇੱਕ ਵਾਰ ਫੇਰ ਗੋਲੀਬਾਰੀ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ ਤੇ 2 ਹੋਰ ਜ਼ਖਮੀ ਹੋਏ ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਕਲਾਈਮੈਕਸ ਲਾਉਂਜ ਵਿੱਚ ਵਾਪਰੀ ਹੈ ਘਟਨਾ ਦੀ ਜਾਣਕਾਰੀ ਦੇਰ ਰਾਤ 1:30 ਵਜੇ ਬਾਰ ਬੰਦ ਹੋਣ ਤੋਂ ਕੁਝ ਸਮਾਂ ਪਹਿਲਾਂ ਮਿਲੀ ਹੈ ਪੁਲਿਸ ਨੇ ਦੱਸਿਆ ਕਿ 2 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪੁਲਿਸ ਨੇ ਦੱਸਿਆ ਕਿ ਮਾਰੇ ਗਏ ਲੋਕ ਬਾਲਕ ਸਨ ਆਸਟ੍ਰੇਲੀਆ ਵਿੱਚ ਇਸ ਸਮੇਂ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਇਸ ਵਾਰ ਸਰਦੀਆਂ ਵਿੱਚ ਆਸਟ੍ਰੇਲੀਆ ਕੋਵਿਡ-19 ਦੀ 5ਵੀਂ ਲਹਿਰ ਸਮੇਤ ਸਾਹ ਦੀਆਂ ਬਿਮਾਰੀਆਂ ਦੇ ਇੱਕ ਤੀਰੇ ਖਤਰੇ ਵੱਲ ਵਧ ਰਿਹਾ ਇੱਕ ਸਿਹਤ ਮਾਹਰ ਨੇ ਕੋਈ ਚੇਤਾਵਨੀ ਦਿੱਤੀ ਹੈ ਮਾਹਰ ਮੁਤਾਬਕ ਕੰਮ ਕਰਨ ਵਾਲੀਆਂ ਥਾਵਾਂ ਸਕੂਲ ਤੇ ਘਰ ਕਰੋਨਾ ਵਾਇਰਸ ਦੇ ਕੇਸਾਂ ਦੇ ਨਾਲ ਨਾਲ ਇਨਫਲੂਐਂਜ਼ਾ ਰੈਸਪੀਰੇਟਰੀ ਸਿੰਸਟਿਲ ਵਾਇਰਸ ਅਤੇ ਹੋਰ ਬਿਮਾਰੀਆਂ ਦੇ ਪ੍ਰਭਾਵ ਨਾਲ ਪ੍ਰਭਾਵਿਤ ਹੋ ਸਕਦੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਆਸਟ੍ਰੇਲੀਆ ਦੇ ਅਧਿਕਾਰੀ ਦੌਰੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਕਰਨਾ ਉਹਨਾਂ ਲਈ ਮਾਣ ਦੀ ਗੱਲ ਹੈ ਪੀਐਮ ਮੋਦੀ 22 ਤੋਂ 24 ਮਈ ਤੱਕ ਆਸਟ੍ਰੇਲੀਆ ਸਰਕਾਰ ਦੇ ਮਹਿਮਾਨ ਵਜੋਂ ਆਸਟ੍ਰੇਲੀਆ ਦਾ ਦੌਰਾ ਕਰ ਰਹੇ ਨੇ ਅੱਜ ਪੋਰਟ ਮੋਰਸੇਬੀ ਪਾਪੋ ਨਿਊ ਗਿਨੀ ਤੋਂ ਆਸਟ੍ਰੇਲੀਆਈ ਉਡਾਨ ਭਰਨਗੇ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ 'ਚ ਕਰੀਬ 40 ਲੋਕਾਂ ਨੂੰ ਜਾ ਰਹੀ ਕਿਸ਼ਤੀ ਤਮਸਾ ਨਦੀ 'ਚ ਪਲਟ ਗਈ ਇਸ ਹਾਦਸੇ 4 ਲੋਕਾਂ ਦੀ ਮੌਤ ਹੋ ਗਈ ਕਰੀਬ 2 ਦਰਜਨ ਹੋਰ ਲਾਪਤਾ ਹੋਣ ਦਾ ਖਸ਼ਾ ਹੈ ਹੁਣ ਤੱਕ 4 ਔਰਤਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਨੇ ਖਬਰਾਂ ਅਨੁਸਾਰ ਭੀੜ ਕਾਰਨ ਕਿਸ਼ਤੀ ਪਲਟੀ ਸੂਤਰਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਲੋਕ ਸਥਾਨਕ ਮੇਲੇ 'ਚ ਜਾ ਰਹੇ ਸਨ ਸਥਾਨਕ ਮਲਾਹਾਂ ਦੀ ਮਦਦ ਨਾਲ ਬਚਾਅ ਕੰਮ ਜਾਰੀ ਹੈ ਹੋਰ ਵੇਰਵੇ ਦੀ ਉਡੀਕ ਹੈ ਜੰਮੂ ਕਸ਼ਮੀਰ 'ਚ ਸ਼ੁਰੂ ਹੋ ਰਹੇ G20 ਸਮਿਟ ਦੀ ਬੈਠਕ ਤੋਂ ਠੀਕ ਪਹਿਲਾਂ ਪ੍ਰਸ਼ਾਸਨ ਨੇ ਪ੍ਰੋਗਰਾਮ 'ਚ ਕੁਝ ਬਦਲਾਅ ਕੀਤਾ ਸੁਰੱਖਿਆ ਕਾਰਨਾਂ ਕਰਕੇ G20 ਟੂਰਿਜ਼ਮ ਵਰਕਿੰਗ ਗਰੁੱਪ ਦਾ ਹੁਣ ਗੁਲਮਰਗ ਦੌਰਾ ਰੱਦ ਕਰ ਦਿੱਤਾ ਗਿਆ ਵਿਦੇਸ਼ੀ ਮਹਿਮਾਨਾਂ ਦੀ ਯਾਤਰਾ ਸ਼ਡਿਊਲ 'ਚ ਪਹਿਲਾਂ ਉੱਤਰੀ ਕਸ਼ਮੀਰ ਦੇ ਗੁਲਮਰਗ ਸਥਿਤ ਮਸ਼ਹੂਰ ਸਕੀ ਰਿਜ਼ਾਰਟ ਤੇ ਦਾਜੀਗਾਮ ਵਾਈਲਡ ਲਾਈਫ ਸੈਂਚੁਰੀ ਜਾਣ ਦਾ ਪ੍ਰੋਗਰਾਮ ਤੈਅ ਸੀ ਸੂਤਰਾਂ ਦੇ ਅਨੁਸਾਰ 26/11 ਵਰਗੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਦੇ ਖੁਲਾਸੇ ਤੋਂ ਬਾਅਦ ਇਹ ਵੱਡਾ ਕਦਮ ਚੁੱਕਿਆ ਗਿਆ ਸੂਬੇ ਦੇ ਟਰਾਂਸਪੋਰਟ ਮੰਤਰੀ ਰਾਜਜੀਤ ਸਿੰਘ ਭੁੱਲਰ ਨੇ ਟਰਾਂਸਪੋਰਟ ਵਿਭਾਗ ਜਲੰਧਰ ਦੇ ਅਧਿਕਾਰੀਆਂ ਨਾਲ GT ਰੋਡ ਕਰਤਾਰਪੁਰ ਜੰਗੇ ਆਜ਼ਾਦੀ ਯਾਦਗਾਰ ਤੋਂ ਪ੍ਰਾਈਵੇਟ ਬੱਸਾਂ ਦੇ ਅਚਨਚੇ ਚੈਕਿੰਗ ਕੀਤੀ ਇਸ ਦੌਰਾਨ ਭੁੱਲਰ ਨੇ ਬੱਸਾਂ ਨੂੰ ਰੋਕ ਕੇ ਟੈਕਸ ਬੀਮੇ ਲਾਇਸੈਂਸ ਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਭੁੱਲਰ ਨੇ ਦੱਸਿਆ ਕਿ ਚੈਕਿੰਗ ਵਿਸ਼ੇਸ਼ ਤੌਰ ਤੇ ਪ੍ਰਾਈਵੇਟ ਬੱਸਾਂ ਦੇ ਟੈਕਸ ਬੀਮਾ ਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਦੀ ਚੈਕਿੰਗ ਕਰਨ ਤੇ ਨਿਯਮਾਂ ਦੀ ਪਾਲਣਾ ਕਰਨ 'ਚ ਲਾਪਰਵਾਹੀ ਵਰਤਣ ਵਾਲੇ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੂੰ ਫੜਨ ਲਈ ਕੀਤੀ ਜਾ ਰਹੀ ਹੈ ਤਾਂ ਜੋ ਵਿਭਾਗੀ ਕਾਰਵਾਈ ਕੀਤੀ ਜਾ ਸਕੇ ਕਾਲੀਯੁਗੀ ਮਾਂ ਇਸ ਹੱਦ ਤੱਕ ਨਿਰਦਈ ਬਣ ਜਾਏਗੀ ਕਿਸੇ ਨੇ ਸੋਚਿਆ ਤੱਕ ਨਹੀਂ ਹੋਵੇਗਾ ਮਾਂ ਦੇ ਨਾਂ ਤੇ ਕਲੰਕ ਇਸ ਮਾਂ ਨੇ ਆਪਣੀ 10 ਸਾਲਾਂ ਦੀ ਬੱਚੀ ਨਾਲ ਉਹ ਕਹਿਰ ਕਮਾਇਆ ਜਿਸ ਬਾਰੇ ਸੁਣ ਕੇ ਤੁਹਾਡੀ ਰੂਹ ਕੰਬ ਜਾਏਗੀ 6ਵੀਂ ਕਲਾਸ 'ਚ ਪੜ੍ਹਦੀ 10 ਸਾਲਾ ਬੱਚੀ ਨੂੰ ਸਜ਼ਾ ਦੇਣ ਲਈ ਮਾਂ ਉਸ ਦਾ ਸਰੀਰ ਲੋਹੇ ਦੇ ਸਰੀਏ ਨੂੰ ਗਰਮ ਕਰਕੇ ਆਏ ਦਿਨ ਲਾ ਕੇ ਜਲਾਉਂਦੀ ਰਹੀ ਕਾਲੀਯੁਗੀ ਮਾਂ ਨੇ ਆਪਣੀ ਬੱਚੀ ਦੇ ਜਿਸਮ ਦੇ ਕਈ ਹਿੱਸਿਆਂ ਨੂੰ ਗਰਮ ਸਰੀਏ ਲਾ ਕੇ ਸਾੜ ਦਿੱਤਾ ਜਦੋਂ ਪਿੰਡ ਦੀ ਪੰਚਾਇਤ ਬੈਠੀ ਤਾਂ ਕਾਲੀਯੁਗੀ ਮਾਂ ਨੇ ਕੰਨ ਫੜ ਕੇ ਦੁਬਾਰਾ ਇਸ ਤਰ੍ਹਾਂ ਦੀ ਗਲਤੀ ਨਾ ਕਰਨ ਦਾ ਕਹਿ ਕੇ ਆਪਣਾ ਪੱਲਾ ਛੁਡਾਇਆ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਦੇ ਬਾਰਾਨਗਰ 'ਚ ਇੱਕ ਬੱਸ ਦੀ ਲਪੇਟ 'ਚ ਆਉਣ ਨਾਲ ਇੱਕ TV ਅਦਾਕਾਰਾ ਦੀ ਮੌਤ ਹੋ ਗਈ ਮ੍ਰਿਤਕਾਂ ਦਾ ਨਾਮ ਸੁਚੰਦਰਾ ਦਾਸ ਗੁਪਤਾ ਇੱਕ ਕੈਬ ਬਾਈਕ ਤੇ ਸ਼ੂਟਿੰਗ ਤੋਂ ਬਾਅਦ ਘਰ ਪਰਤ ਰਹੀ ਸੀ ਬਾਰਾਨਗਰ ਥਾਣੇ ਦੇ ਕੋਸ਼ਪਾੜਾ ਦੇ ਕੋਲ ਇੱਕ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਘਟਨਾ ਨੂੰ ਲੈ ਕੇ ਬਾਰਾਨਗਰ ਕੋਸ਼ਪਾੜਾ ਇਲਾਕੇ ਦੇ ਵਿੱਚ ਕਾਫੀ ਸਨਸਨੀ ਫੈਲ ਗਈ ਹੈ ਬਾਰਾਨਗਰ ਥਾਣੇ ਦੀ ਪੁਲਿਸ ਬੱਸ ਦੇ ਚਾਲਕ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਮਨੀ ਲਾਂਡਰਿੰਗ ਦੇ ਇੱਕ ਮਾਮਲੇ 'ਚ ਗ੍ਰਿਫਤਾਰ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਦੀ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਸਫਦਰਗੰਜ ਹਸਪਤਾਲ ਲਿਜਾਇਆ ਗਿਆ ਪਾਰਟੀ ਸੂਤਰਾਂ ਨੇ ਦੱਸਿਆ ਕਿ ਉਹ ਅਸਵਸਥ ਮਹਿਸੂਸ ਕਰ ਰਹੇ ਸਨ ED ਵੱਲੋਂ ਮਈ 'ਚ ਮਨੀ ਲਾਂਡਰਿੰਗ ਦੇ ਇੱਕ ਮਾਮਲੇ 'ਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਜੈਨ ਤਿਹਾੜ ਜੇਲ੍ਹ 'ਚ ਬੰਦ ਨੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਉਸਾਰੀ ਅਧੀਨ ਮਹਾਰਾਜਾ ਅਗਰ ਸਿੰਘ ਹਵਾਈ ਅੱਡਾ ਸ਼ੰਖ ਦੇ ਆਕਾਰ ਦਾ ਬਣੇਗਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਟਵਿੱਟਰ ਹੈਂਡਲ ਤੇ ਹਿਸਾਰ ਹਵਾਈ ਅੱਡੇ ਲਈ ਨਵੇਂ ਟਰਮੀਨਲ ਦੀਆਂ ਡਿਜ਼ਾਈਨ ਦੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਦੱਸ ਦਈਏ ਕਿ ਕਰੀਬ 7200 ਏਕੜ 'ਚ ਹਿਸਾਰ ਵਿੱਚ ਹਰਿਆਣਾ ਦਾ ਪਹਿਲਾ ਹਵਾਈ ਅੱਡਾ ਬਣਨ ਜਾ ਰਿਹਾ ਸਰਕਾਰ ਦੀ ਕੋਸ਼ਿਸ਼ ਹੈ ਇਸ ਹਵਾਈ ਅੱਡੇ ਨੂੰ 1 ਨਵੰਬਰ ਤੱਕ ਖੇਤਰੀ ਸੰਪਰਕ ਯੋਜਨਾ ਦੇ ਤਹਿਤ ਹਿਸਾਰ ਤੋਂ ਵੱਖ ਵੱਖ ਸੂਬਿਆਂ ਨੂੰ ਜਾਣ ਵਾਲੀ 9 ਰੂਟਾਂ ਤੇ ਹਵਾਈ ਸੇਵਾ ਸ਼ੁਰੂ ਕੀਤੀ ਜਾਵੇ ਕਾਂਗਰਸ ਪ੍ਰਧਾਨ ਮਲਕਾਰਜੁਨ ਖੜਗੇ ਨੇ ਸੰਸਦ ਦੇ ਨਵੇਂ ਭਵਨ ਦਾ ਉਦਘਾਟਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਹੱਥੋਂ ਕਰਾਏ ਜਾਣ ਦੀ ਮੰਗ ਕਰਦੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਲੋਕਤੰਤਰੀ ਮੁੱਲਾਂ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਿਸੇਗੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕਿਹਾ ਸੀ ਕਿ ਸੰਸਦ ਦੇ ਨਵੇਂ ਭਵਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਹੀਂ ਸਗੋਂ ਰਾਸ਼ਟਰਪਤੀ ਮੁਰਮੂ ਨੂੰ ਕਰਨਾ ਚਾਹੀਦਾ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਮਈ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਆਪਣੇ ਰਿਕਾਰਡ ਪੱਧਰ ਉੱਪਰ 44.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੂਬੇ ਭਰ ਵਿੱਚ ਸਭ ਤੋਂ ਵੱਧ ਤਾਪਮਾਨ ਸਮਰਾਲਾ ਲੁਧਿਆਣੇ ਦਾ ਹੋਇਆ ਤੇਜ਼ ਧੁੱਪ ਨੇ ਲੋਕਾਂ ਨੂੰ ਆਪਣੇ ਘਰਾਂ 'ਚ ਡੱਕੀ ਰੱਖਿਆ ਸਵੇਰੇ 11 ਵਜੇ ਧੁੱਪ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਜਿਸਦੇ ਚੱਲਦਿਆਂ ਸੜਕਾਂ ਤੇ ਬਾਜ਼ਾਰਾਂ ਵਿੱਚ ਸੰਨਾਟਾ ਪਸਰਿਆ ਰਿਹਾ ਚੀਨ ਦੇ ਸ਼ਹਿਰ ਸ਼ੰਘਾਈ ਵਿਖੇ ਚੱਲ ਰਹੀ ਤੀਰਅੰਦਾਜ਼ੀ ਖੇਡ ਦੇ ਵਿਸ਼ਵ ਕੱਪ 'ਚ ਭਾਰਤ ਵੱਲੋਂ ਖੇਡਦਿਆਂ ਪੰਜਾਬ ਦੇ ਤੀਰਅੰਦਾਜ਼ ਅਵਨੀਤ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ ਅਵਨੀਤ ਨੇ ਵਿਸ਼ਵ ਕੱਪ ਵਿੱਚ ਮਹਿਲਾ ਵਰਗ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਤੀਜੇ ਸਥਾਨ ਵਾਲੇ ਮੈਚ 'ਚ ਤੁਰਕੀ ਦੀ ਤੀਰਅੰਦਾਜ਼
गौतम अडानी के शेयर अज बंपर उछाल देखने मिल रहा है। गौतम अडानी ग्रुप दी सारियां 10 कंपनिया के शेयर अज तेजी खुले ने। ग्रुप दी चार कंपनिया के शेयर अज अपर सर्कट लग्या होया। गौतम अडानी दी सारी कंपनिया के शेयर हरे निशान से कारोबार कर रहे हैं। गौतम अडानी के शेयर अचानक बंपर उछाल देखने मिल रहा है। शेयर एक धमाकेदार रफ्तार चल रहे हैं। शेयर तेजी गौतम अडानी की जायदाद भी वधी है। 2000 का नोट वापस लैन के भारतीय रिजर्व बैंक के फैसले तो बाद ज्वेलर्स तो सोना चांदी की खरीद संबंधी पूछगिछ बढ़ गई है। दुनिया च चीन तो बाद भारत सोने की खपत सब तो ज्यादा होंगी है। सराफा कारोबारियों से बॉडीज डीजेसी ने कहा कि हालांकि 2016 च नोटबंदी दौरान वेखी गई स्थिति के उल्ट हुण सोने की घबराहट पूर्ण लिवाली नहीं है। असल में पिछले दो दिन च ही अपने गाहक नूं जाणो मापदंडां दे सख्त नियमां कार 2000 रुपए के नोटों के बदले सोने की खरीद असल में घट रही है। फिलहाल स्पीड न्यूज़ बीच बस इना ही। मैनू दिओ इजाजत। धन्यवाद।